अंदर आए कुछ समझ नहीं किया, आके गन पॉइंट पे लेके आए हैं और आके बोले एक रूम में जाओ, फोन दे दो, ये कर दो, कुछ भी नहीं है, बस फायरिंग शुरू कर दी है। कुछ पता भी नहीं सर कौन थे, दूसरे उन पे थोड़ा डाउट है कि वो हो सकते हैं, लेकिन इधर उनको कोई भी नहीं है। उनके फर्स्ट लॉज है, हाँ जी, मेरे हस्बैंड है। होनी चाहिए सर, घर पे आके फायरिंग की है, होनी तो चाहिए ना, पता तो चले कौन है, कैसे है, क्यों किया उन्होंने, इतना बड़ा स्टेप कैसे लिया, किसी की जान लेना कोई आसान बात थोड़ी होती है। कितने दिन हुए थे यहाँ आए? वन मंथ ही हुआ है अभी। सुखदेव सिंह, सुखदेव दस्यो की देखो, सुबह सुबह आया 7:15 टाइम ते, अंदर आके उन्हें गड्डी जाके गड्डी लेनी है,
ਉਹ ਗੱਡੀ ਨੂੰ ਵਿਖਾਉਣ ਲੱਗਾ ਉਨੀ ਚਿਰ ਉਹਨਾਂ ਨੇ ਦੋਵਾਂ ਨੇ ਗੰਨ ਕੱਢ ਕੇ ਗੰਨ ਪੁਆਇੰਟ 'ਤੇ ਅੰਦਰ ਲੈ ਗਏ ਆ ਅੰਦਰ ਖੜ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੈਨੂੰ ਮਾਰ ਦੇਣਾ ਉਹਦਾ ਮਾਰ ਦਿਓ ਉਹ ਆਵਾਜ਼ਾਂ ਆਉਂਦੀਆਂ ਵੀ ਆ ਕੈਮਰੇ 'ਚ ਦੇਖੋ ਜੀ ਹੁਣ ਪਤਾ ਲੱਗਦਾ ਵਾ ਕਿ ਉਹਦੇ ਜਿਹੜੇ ਪਹਿਲੇ ਸਹੁਰੇ ਸੀਗੇ ਉਹ ਥੋੜ੍ਹਾ ਇਸ ਚੀਜ਼ ਨੂੰ ਕਰਦੇ ਸੀਗੇ ਅਤੇ ਬਾਕੀ ਇਨਵੈਸਟੀਗੇਸ਼ਨ 'ਚ ਪਤਾ ਲੱਗੂਗਾ ਕੀ ਹੋਇਆ ਕਿੱਦਾਂ ਹੋਇਆ ਕਿਉਂ ਹੋਇਆ ਮੰਗ ਤਾਂ ਇਹੋ ਹੀ ਆ ਨਾ ਇਨਸਾਫ਼ ਮਿਲਣਾ ਚਾਹੀਦਾ ਜੋ ਵੀ ਜਿਹਨੇ ਕੀਤਾ ਵਾ ਮੇਰਾ ਸੁਖਦੇਵ ਸਿੰਘ ਹਾਂਜੀ ਫਾਦਰ ਇਨ ਲਾਅ ਜੇ ਦੂਰ ਜੀ ਕੇ ਰਹਿਣੇ ਵਾਲੇ ਥੇ ਸੁਖਚੈਨ ਸਿੰਘ ਇਸਕੇ ਇਸਕੀ ਪਹਿਲੀ ਇਸਕੇ ਇਸਕੋ ਦੋ ਆਦਮੀ ਸੁਬਹ 7 ਵਜੇ ਆਏ ਹੈ ਉਹਨਾਂ ਨੇ ਹੈਡ ਉੱਪਰ ਪਿਸਟਲ ਰੱਖ ਕੇ ਇਸਕੇ ਘਰ ਘੁਸੇ ਹੈ ਔਰ ਉਹਨਾਂ ਨੇ ਕੋਈ ਜ਼ਿਆਦਾ ਬਾਤ ਨਹੀਂ ਕੀ ਇਤਨਾ ਹੀ ਪੁੱਛਾ ਹੈ ਕਿ ਆਪਕੀ ਕਾਰ ਕੀ ਆਰਸੀ ਕਹਾਂ ਹੈ ਕਾਰ ਕਹਾਂ ਹੈ ਇਤਨਾ ਪੁੱਛਣੇ ਸੇ ਉਨਕੋ ਇਸਕਾ ਇਨਕਾ ਘਰ ਵੀ ਨਹੀਂ ਮਾਲੂਮ ਥਾ ਉਹ ਪੁੱਛ ਕਰ ਵਹਾਂ ਪੇ ਆਏ ਹੈ ਔਰ ਜਬ ਇਸਨੇ ਆਪਣੀ ਵਾਈਫ ਸੇ ਉਸਕਾ ਆਪਣਾ ਪਿਸਤੌਲ ਮਾਂਗਾ ਤੋ ਤਭੀ ਉਹਨਾਂ ਨੇ ਇਸਕੇ ਉੱਪਰ ਸ਼ੂਟ ਕਰ ਦਿਆ ਔਰ ਇਸਕੇ ਗੋਲੀ ਕਾਨ ਪਰ ਲੱਗਦੀ ਹੋਈ ਜਬਾੜੇ ਮੇ ਲੱਗੀ ਹੈ ਹੀ ਇਜ਼ ਅੰਡਰ ਟ੍ਰੀਟਮੈਂਟ ਹੇਅਰ ਔਰ ਇਨਕੇ ਘਰ ਵਾਲੋਂ ਨੇ ਇੱਕ ਸ਼ੱਕ ਜਤਲਾਇਆ ਹੈ ਕਿ ਇਸਕੀ ਪਹਿਲੀ ਵਾਈਫ ਆ ਉਸਕਾ ਦਸੰਬਰ 22 ਮੇ ਡੈਥ ਹੋ ਗਈ ਥੀ ਔਰ ਡੈਥ ਕਾ ਪਰਚਾ ਜੋ ਇਸ ਪਰਿਵਾਰ ਕੇ ਉੱਪਰ ਥਾ ਇਹ ਦੋਨੋ ਭਾਈਓ ਕੇ ਇਸਕੀ ਬਹਿਨ ਔਰ ਇਸਕੀ ਮਾਤਾ ਕੇ ਉੱਪਰ ਇਸਕੇ ਫਾਦਰ ਆਲਰੇਡੀ ਐਕਸਪਾਇਰਡ ਹੈ ਔਰ ਵੋ ਤਿੰਨੋ ਬੱਚੇ ਬਾਹਰ ਥੇ ਔਰ ਮਾਤਾ ਜਹਾਂ ਥੀ ਵੋ ਲੇਡੀ ਨੇ ਇਸਕੀ ਪਹਿਲੀ ਵਾਈਫ ਨੇ ਜਿਸਕੀ 15 ਮੇ ਸ਼ਾਦੀ ਹੋਈ ਥੀ ਉਸਕੇ ਪੇਟ ਸੇ ਉਸਕਾ ਇੱਕ ਬੇਟਾ ਔਰ ਇੱਕ ਬੇਟੀ ਵੀ ਹੈ ਵੋ ਯਹਾਂ ਹੀ ਰਹਿਤੇ ਥੇ ਇਸਨੇ ਦਸੰਬਰ ਮੇ ਸੂਸਾਈਡ ਕੀਆ ਔਰ ਉਸੀ ਕੇ ਵਜ੍ਹਾ ਉਨਕਾ ਜੋ ਪਰਚਾ ਉਨਕੇ ਉੱਪਰ 304 ਬੀ ਕਾ ਪਰਚਾ ਦਰਜ ਹੋਇਆ ਥਾ ਲੇਕਿਨ ਪੁਲਿਸ ਨੇ ਇਨਵੈਸਟੀਗੇਸ਼ਨ ਮੇ ਉਸਕੀ ਮਾਤਾ ਕਾ ਰੋਲ ਰੱਖ ਕਰ ਇਨ ਸਭੀ ਤਿੰਨੋ ਬੱਚੋਂ ਕੋ ਇਨੋਸੈਂਟ ਡਿਕਲੇਅਰ ਕਰ ਦਿਆ ਥਾ ਔਰ ਉਸਕੇ ਬਾਅਦ ਜੋ ਇਹ ਪਰਿਵਾਰ ਕੇ ਕਹਿਨੇ ਕੀ ਬਾਤ ਹੈ ਕਿ ਉਸੀ ਸਮਿਆਂ ਸੇ ਵੋ ਪਰਿਵਾਰ ਹੈ ਜੋ ਇਸਕਾ ਪੁਰਾਣਾ ਸਸੁਰਾਲ ਪਰਿਵਾਰ ਹੈ ਉਨਸੇ ਇਨਕੋ ਲਗਾਤਾਰ ਧਮਕੀਆਂ ਮਿਲ ਰਹੀ ਸੀ ਵੀ ਯਹਾਂ ਵੋ ਲੜਕੀ ਗਈ ਹੈ ਵਹਾਂ ਹੀ ਇਸਕੋ ਭੇਜੇਂਗੇ ਸੋ ਜੇ ਉਨਕੇ ਪਰਿਵਾਰ ਮੈਂਬਰੋਂ ਕੇ ਉੱਪਰ ਹੀ ਸ਼ੱਕ ਕਰਤੇ ਹੈ ਇਨ੍ਹਾਂ ਨੇ 5 ਆਦਮੀ ਉਸਕੇ ਮਾਤਾ ਪਿਤਾ ਔਰ 3 ਔਰ ਵਿਅਕਤੀ ਹੈ ਉਹ ਤਿੰਨੋਂ ਪੰਚੋਂ ਕੇ ਉੱਪਰ ਪਰਚਾ ਦਰਜ ਕੀਆ ਉਨਕਾ ਸ਼ੱਕ ਕਾਫੀ ਸੋਲਿਡ ਆਪਣਾ ਵਿਸ਼ਵਾਸ ਸੇ ਕਹਤੇ ਹੈ ਕਿ ਜੇ ਉਨਕੀ ਉਨਸੇ ਕਰਵਾਈ ਹੋਈ ਬਾਤ ਵਾਰਦਾਤ ਹੈ ਇਸ ਵਾਰਦਾਤ ਮੇ 3 ਵਿਅਕਤੀ ਆਏ ਥੇ 2 ਵਿਅਕਤੀ ਅੰਦਰ ਐਂਟਰ ਕਰ ਗਏ ਥੇ ਇੱਕ ਮੋਟਰਸਾਈਕਲ ਮੇ ਇੱਕ ਵਿਅਕਤੀ ਬਾਹਰ ਰਹਿ ਗਿਆ ਥਾ ਔਰ ਹਮਾਰੀ ਹਮਾਰੀ ਜੋ ਟੀਮਸ ਹੈ ਪ੍ਰੋਫੈਸ਼ਨਲ ਟੀਮਸ ਹੈ ਟੈਕਨੀਕਲ ਇਨਪੁਟ ਸੇ ਔਰ ਸੀਸੀਟੀਵੀ ਕਵਰੇਜ ਸੇ ਔਰ ਜੋ ਵੀ ਜਾਣਕਾਰੀ ਹੈ ਉਸਕੋ ਹਮ ਫਾਲੋ ਕਰਤੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਹਾਂ ਐਂਡ ਵੀ ਆਰ ਹੋਪਫੁਲ ਵੀ ਵਿਲ ਟ੍ਰੇਸ ਇਟ ਇਹ ਅਮੈਰੀਕਾ ਮੇ ਰਹਿਤੇ ਹੈ ਇੱਕ ਮਹੀਨਾ ਪਹਿਲੇ ਆਏ ਥੇ ਇਸਕੀ ਵਾਈਫ ਕੀ ਥੋੜੀ ਕੋਈ ਹੈਲਥ ਕੀ ਪ੍ਰੋਬਲਮ ਥੀ ਉਸਕਾ ਹਾਲ ਚਾਲ ਪੁੱਛਨੇ ਵਹਾਂ ਜੇ ਆਏ ਹੋਏ ਥੇ ਔਰ ਉਸੀ ਕੇ ਯਹਾਂ ਰਹਿਤੇ ਹੋਏ ਇਸਕੋ ਕੋਈ ਸ਼ੱਕ ਨਹੀਂ ਥਾ ਜੇ ਸੁਬਹ ਜਿਮ ਲਗਾ ਕਰ ਆਇਆ ਥਾ ਜਿਮ ਸੇ ਵਾਪਸ ਆਇਆ ਥਾ ਇਸਕੇ ਪੇਰੈਂਟਸ ਵੀ ਕਹਤੇ ਹੈ ਹਮਾਰੀ ਕਿਸੀ ਕੇ ਸਾਥ ਔਰ ਕਭੀ ਕੋਈ ਨਾ ਲੜਾਈ ਝਗੜਾ ਹੈ ਨਾ ਕੋਈ ਦੁਸ਼ਮਣੀ ਹੈ ਇਸੀ ਮੇ ਨਾ ਕੋਈ ਐਸੀ ਬਾਤ ਵੀ ਨਹੀਂ ਹੈ ਕਿ ਕਿਸੀ ਕੋਈ ਪਰਟੀਕੁਲਰ ਬੀਂਗ ਐਨ ਆਰ ਆਈ ਹੋਣੇ ਕੇ ਵਜ੍ਹਾ ਸੇ ਟਾਰਗੇਟ ਕੀਆ ਗਿਆ ਹੋਏ ਔਰ ਜੋ ਪਹਿਲੇ ਫੈਮਿਲੀ ਉਨਕੇ ਕਹਿਣੇ ਸੇ ਫੈਮਿਲੀ ਇਸ਼ੂ ਆ ਬਟ ਵੀ ਆਰ ਹੈਵਿੰਗ ਓਪਨ ਮਾਇੰਡ ਹਮ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਭੀ ਤੱਥੋਂ ਪੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਮਾਰੇ ਸਭੀ ਪ੍ਰੋਫੈਸ਼ਨਲ ਹਮਾਰੀ ਟੀਮਸ ਆ ਦੇ ਆਰ ਔਨ ਦਾ ਜੋਬ ਐਂਡ ਵੀ ਆਰ ਹੋਪਫੁਲ ਦੇ ਵਿਲ ਬੀ ਨੈਟ ਸੂਨ ਹਾਂ ਉਹ ਹਮਨੇ ਵਟਸਐਪ ਗਰੁੱਪਸ ਮੇ ਹਮਨੇ ਜੋ ਵੀ ਯਹਾਂ ਯਹਾਂ ਵੀ ਜ਼ਰੂਰਤ ਥੀ ਉਹ ਉਸਕੋ ਭੇਜਾ ਗਿਆ ਹੈ ਹਮ ਸਭੀ ਪੁਲਿਸ ਸਾਥ ਕੇ ਡਿਸਟ੍ਰਿਕਟਸ ਵਾਲੋਂ ਕੇ ਔਰ ਸਭੀ ਪੁਲਿਸ ਕਰਮਚਾਰੀ ਸਭੀ ਟੀਮੋਂ ਕੇ ਸਾਥ ਤਾਲਮੇਲ ਕਰਕੇ ਹਮ ਇਸਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੋ ਡਾਕਟਰ ਸਾਹਿਬ ਨੇ ਬੋਲਾ ਦੋ ਹੀ ਇਜ਼ ਕ੍ਰਿਟੀਕਲ ਬਟ ਹੀ ਇਜ਼ ਇਨ ਬੈਟਰ ਪਲੇਸ ਉਸਕਾ ਹੈਡ ਇੰਜਰੀ ਨਹੀਂ ਹੈ ਉਸਕੇ ਕਾਨ ਸੇ ਸਾਥ ਗੋਲੀ ਲਗਤੇ ਹੋਏ ਜਵਾੜੇ ਮੇ ਗੋਲੀ ਲਗੀ ਹੈ ਤੇ ਐਜ਼ ਪਰ ਡਾਕਟਰਸ ਹੀ ਇਜ਼ ਆਊਟ ਆਫ ਡੇਂਜਰ ਉਹ ਹਮ ਇਨਵੈਸਟੀਗੇਸ਼ਨ ਕਰ ਰਹੇ ਹਾਂ ਦੇਖ ਕੇ ਜੋ ਵੀ ਟੈਕਨੀਕਲ ਇਨਪੁਟਸ ਔਰ ਸਾਰਾ ਉਸ ਹਿਸਾਬ ਸੇ ਹਮ ਵੀ ਆਰ ਕੰਡਕਟਿੰਗ ਇਨਵੈਸਟੀਗੇਸ਼ਨ ਇਨ ਪ੍ਰੋਫੈਸ਼ਨਲ ਮੈਨਰ ਜਿਸ ਕੀ ਵੀ ਜੋ ਜ਼ਰੂਰਤ ਹੋ ਗਈ ਜਿਸ ਕੋ ਉਠਾਨੇ ਕੀ ਜ਼ਰੂਰਤ ਹੋ ਗਈ ਜਿਸ ਕੀ ਇਨਵੈਸਟੀਗੇਸ਼ਨ ਕਰਨੇ ਕੀ ਜ਼ਰੂਰਤ ਹੋ ਗਈ ਵੀ ਵਿਲ ਬੀ ਡੂਇੰਗ ਦੈਟ